ਲਗਾਤਾਰ ਚੱਲਣ ਵਾਲਾ ਹੋਵਰਕ੍ਰਾਫਟ ਬਣਾਓ। ਇਸ ਲਈ ਤੁਹਾਨੂੰ ਇੱਕ ਪੁਰਾਣੀ ਸੀਡੀ, ਗੂੰਦ, ਬੋਤਲ ਦਾ ਢੱਕਣ ਅਤੇ 1 ਮੀਟਰ ਪਲਾਸਟਿਕ ਪਾਈਪ ਚਾਹੀਦੀ ਹੈ। ਬੋਤਲ ਦੇ ਢੱਕਣ ਵਿੱਚ ਗਲੀ ਕਰ ਲਓ ਅਤੇ ਪਾਈਪ ਨੂੰ ਉਸ ਵਿੱਚ ਪਾ ਦਿਓ ਅਤੇ ਧਿਆਨ ਰਹੇ ਕਿ ਇਸ ਜੋੜ ਤੋਂ ਕੋਈ ਲੀਕੇਜ ਨਾ ਹੋਏ। ਪੁਰਾਣੀ ਸੀਡੀ ਦੇ ਵਿਚਕਾਰ ਰਬੜ ਦੀ ਗੂੰਦ ਲਗਾ ਦਿਓ। ਜਦੋਂ ਗੂੰਦ ਸੁੱਕ ਜਾਵੇ ਤਾਂ ਢੱਕਣ ਨੂੰ ਸੀਡੀ ਦੇ ਵਿਚਕਾਰ ਲਗਾ ਦਿਓ। ਗੂੰਦ ਨੂੰ ਚੰਗੀ ਤਰ੍ਹਾਂ ਸੁੱਕਣ ਦਿਓ। ਇਹ ਉੱਪਰ ਵਾਲਾ ਦ੍ਰਿਸ਼ ਹੈ, ਇਸ ਥੱਲੇ ਵਾਲਾ ਦ੍ਰਿਸ਼ ਹੈ। ਇਸ ਤੁਸੀਂ ਦੇਖੋਗੇ ਕਿ ਪਾਈਪ ਥੋੜ੍ਹਾ ਜਿਹਾ ਅੰਦਰ ਚਲਾ ਗਿਆ ਹੈ। ਹੁਣ ਸੀਡੀ ਨੂੰ ਪੱਧਰੀ ਜਗ੍ਹਾ 'ਤੇ ਰੱਖ ਦਿਓ ਅਤੇ ਟਿਊਬ ਵਿੱਚ ਹਵਾ ਭਰੋ। ਸੀਡੀ ਉਸ ਜਗ੍ਹਾ ਤੋਂ ਜੋ ਹੋਵਰਕ੍ਰਾਫਟ ਦੀ ਤਰ੍ਹਾਂ ਕਦੇ ਸੱਜੇ ਅਤੇ ਕਦੇ ਖੱਬੇ ਜਾਵੇਗੀ।